ਫਲਿੱਪਕਾਰਟ ਤੋਂ ਮੰਗਾ ਲਓ ਸਭ ਤੋਂ ਵਧੀਆ। ਹਰ ਵੀਡੀਓ ਤੇ ਤੁਸੀਂ ਜਿਵੇਂ ਵੇਖਿਆ ਹੋਗਾ ਸਾਡੀ ਆਡੀਓ ਸਹੀ ਨਹੀਂ ਹੁੰਦੀ ਸੀ, ਤਾਂ ਅਸੀਂ ਇੱਕ ਪ੍ਰੋਡਕਟ ਮੰਗਾਇਆ ਫਲਿੱਪਕਾਰਟ ਤੋਂ ਮਾਈਕਰੋਫੋਨ। ਜੇ ਤੁਸੀਂ ਕਿਸੇ ਸ਼ੋਪ ਤੋਂ ਲੈਂਦੇ ਹੋ ਤੁਹਾਨੂੰ 300 350 250 ਚ ਮਿਲੂਗਾ, ਜੇ ਤੁਸੀਂ ਫਲਿੱਪਕਾਰਟ ਤੋਂ ਮੰਗਾਉਂਦੇ ਹੋ ਤੁਹਾਨੂੰ ਸਾਰਾ 150 ਦਾ ਮਿਲ ਸਕਦਾ। ਤੇ ਜ਼ਰੂਰ ਮੰਗਾਇਓ ਜੇ ਕੋਈ ਮੰਗਾਉਣਾ ਚਾਹੁੰਦਾ ਫਲਿੱਪਕਾਰਟ ਤੋਂ, ਘਰੇ ਆ ਜਾਂਦਾ ਸਿੱਧਾ, ਕਿਰਾਇਆ ਪਾ ਕੇ ਹਰ ਇੱਕ ਚੀਜ਼ ਪਾ ਕੇ 150 ਚ ਪਊ, ਇਹਦੇ 'ਚ ਵੱਧ ਨਹੀਂ। ਕਿਤੇ ਸ਼ੋਪ 'ਤੇ ਜਾਓਗੇ ਖਰੀਦਣ ਤੁਹਾਨੂੰ ਕਿੰਨੇ ਦਾ ਪੈ ਜੂਗਾ, 250 ਦਾ, 50 ਰੁਪਏ ਕਿਰਾਇਆ ਕਰ ਦੂ ਲੱਗ ਜੂਗਾ, ਉਹਦਾ ਫਾਇਦਾ ਨਹੀਂ ਕੋਈ। ਇਹ ਤੋਂ ਚੰਗਾ ਤੁਸੀਂ ਫਲਿੱਪਕਾਰਟ ਤੋਂ ਮੰਗਾ ਲਓ ਸਭ ਤੋਂ ਵਧੀਆ। ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ। ਅੱਜ ਤੁਹਾਨੂੰ 3 ਚੀਜ਼ਾਂ ਬਾਰੇ ਦੱਸਦੇ, ਯੂਟਿਊਬ ਮੋਨੋਟਾਈਜ਼ ਕਿਵੇਂ ਕਰ ਸਕਦੇ, ਯੂਟਿਊਬ 'ਤੇ ਚੈਨਲ ਕਦੋਂ ਬਣਾ ਸਕਦੇ, ਕਿਵੇਂ ਬਣਾ ਸਕਦੇ, ਅਤੇ ਯੂਟਿਊਬ ਤੋਂ ਅਰਨਿੰਗ ਕਦੋਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਕਰਦੇ ਹੋ ਯੂਟਿਊਬ ਤੋਂ ਸਟਾਰਟ, ਯੂਟਿਊਬ ਤੋਂ ਚੈਨਲ ਤੁਸੀਂ ਕਦੋਂ ਬਣਾ ਸਕਦੇ ਹੋ, ਜਦੋਂ ਮਰਜ਼ੀ ਬਣਾ ਸਕਦੇ ਹੋ ਯੂਟਿਊਬ ਤੋਂ ਚੈਨਲ। ਅਤੇ ਉਹ ਪਹਿਲਾਂ ਤੁਹਾਨੂੰ 2 ਸਟੈਪ ਵੈਰੀਫਾਈਡ ਕਰਨੇ ਪੈਂਦੇ ਆ ਗੂਗਲ 'ਤੇ ਜਾ ਕੇ, ਅਤੇ ਉੱਥੋਂ ਤੁਸੀਂ ਸਟਾਰਟ ਕਰ ਸਕਦੇ ਹੋ, ਯੂਟਿਊਬ ਦਾ ਚੈਨਲ ਬਣਾ ਸਕਦੇ ਹੋ ਉੱਥੋਂ। ਅਤੇ ਯੂਟਿਊਬ ਤੋਂ ਅਰਨਿੰਗ ਕਿਵੇਂ ਹੁੰਦੀ ਆ ਆਹ ਬਾਅਦ 'ਚ ਕਰਦੇ ਆ, ਪਹਿਲਾਂ ਕਰਦੇ ਯੂਟਿਊਬ ਮੋਨੋਟਾਈਜ਼ ਕਿਵੇਂ ਹੁੰਦਾ ਅਤੇ ਕਦੋਂ ਹੁੰਦਾ। ਯੂਟਿਊਬ ਤੁਹਾਡਾ ਮੋਨੋਟਾਈਜ਼ ਹੁੰਦਾ ਜਦੋਂ ਤੁਹਾਡੇ 1K ਸਬਸਕ੍ਰਾਈਬਰ ਕੰਪਲੀਟ ਹੋ ਜਾਂਦੇ ਆ, 1000 ਘੰਟੇ ਵੋਚ ਟਾਈਮ ਕੰਪਲੀਟ ਹੋ ਜਾਂਦਾ, ਉਦੋਂ ਤੁਹਾਡਾ ਚੈਨਲ ਮੋਨੋਟਾਈਜ਼ ਅਪਲਾਈ ਆ ਜਾਂਦਾ। ਉਦੋਂ ਤੁਹਾਨੂੰ ਐਡਸੈਂਸ ਵੀ ਮਿਲ ਜਾਂਦੀ, ਗੂਗਲ ਐਡ ਅਕਾਊਂਟ ਬਣਾਉਣਾ ਪੈਂਦਾ, ਅਤੇ ਬਾਅਦ 'ਚ ਉਹਨੂੰ ਅਪਲਾਈ ਕਰਨਾ ਪੈਂਦਾ। ਬਾਅਦ 'ਚ ਐਡਸੈਂਸ ਪਿੰਨ ਹੁੰਦਾ ਤੁਹਾਡੇ ਘਰ, ਅਤੇ ਉਹਨੂੰ ਪਿੰਨ ਨੂੰ ਅਪਲਾਈ ਅਟੈਚ ਕਰਾਂਗੇ ਨਾਲ, ਅਤੇ ਉਦੋਂ ਹੀ ਤੁਹਾਡਾ ਬੈਂਕ ਅਕਾਊਂਟ ਕਨੈਕਟ ਹੁੰਦਾ। ਅਤੇ ਯੂਟਿਊਬ ਤੋਂ ਪੈਸੇ ਇੰਨੇ, ਸੈਲਰੀ ਨਹੀਂ ਮਤਲਬ ਕਿ ਬਣਦੀ, ਇਨਕਮ ਨਹੀਂ ਬਣਦੀ ਇੰਨੀ ਜ਼ਿਆਦਾ, ਇਨਕਮ ਬਣਦੀ ਆ ਅਤੇ ਉਹ ਸਪੋਂਸਰਸ਼ਿਪ ਤੋਂ ਬਣਦੀ ਔਨਲਾਈਨ। ਜਿਵੇਂ ਤੁਸੀਂ ਜੋਮੈਟੋ ਦੀ ਸ਼ਰਟ ਪਾ ਕੇ ਕਰ ਸਕਦੇ ਹੋ, ਕਿ ਮਤਲਬ ਉਹਦੀ ਸ਼ਰਟ ਪਾ ਲਈ ਹੈ ਜੋਮੈਟੋ ਦੀ, ਅਤੇ ਤੁਸੀਂ ਮਸ਼ਹੂਰੀ ਕਰ ਸਕਦੇ ਹੋ ਉਹਦੀ ਆਪਣੇ ਚੈਨਲ 'ਤੇ, ਜੋਮੈਟੋ ਤੋਂ ਤੁਸੀਂ ਆਹ ਸਮਾਨ ਖਰੀਦੋ, ਐਂ ਕਰੋ, ਔਨਲਾਈਨ ਮੰਗਵਾ ਸਕਦੇ ਚੀਜ਼ਾਂ, ਆਹ ਸਾਰੀ ਮਸ਼ਹੂਰੀ ਮਤਲਬ ਕਰ ਸਕਦੇ ਹੋ ਤੁਸੀਂ। ਮੋਨੋਟਾਈਜ਼ ਤੋਂ ਬਿਨਾਂ ਵੀ ਤੁਸੀਂ ਪੈਸੇ ਕਮਾ ਸਕਦੇ ਹੋ। ਕਿਵੇਂ ਕਮਾ ਸਕਦੇ ਹੋ, ਜਿਵੇਂ ਤੁਹਾਡੇ ਸ਼ਹਿਰ ਲਾਗੇ ਕੋਈ ਛੋਟੀ ਮੋਟੀ ਦੁਕਾਨ ਆ, ਤੁਹਾਡੇ 200-300 ਹੈਗੇ ਆ ਸਬਸਕ੍ਰਾਈਬਰ, ਜ਼ਿਆਦਾ ਨਹੀਂ ਹੈਗੇ, ਅਤੇ ਤੁਸੀਂ ਉਹਦੇ ਬਾਰੇ ਮਤਲਬ ਕਿ ਐਡ ਉਹਦੇ ਨਾਲ ਡੀਲ ਕਰ ਸਕਦੇ ਹੋ। ਤੁਹਾਡੀ ਮੈਂ ਮਤਲਬ ਕਿ ਇਹਦੀ ਐਡ ਦਊਂਗਾ, ਮਸ਼ਹੂਰੀ ਕਰ ਦੂੰਗਾ ਤੁਹਾਡੇ ਆਪਣੇ ਚੈਨਲ 'ਤੇ, ਮਸ਼ਹੂਰੀ ਕਰ ਦੂੰਗਾ ਤੁਹਾਡੀ ਦੁਕਾਨ ਦੀ, ਅਤੇ ਤੁਸੀਂ ਮਤਲਬ ਮੈਨੂੰ ਇੰਨੇ ਪੈਸੇ ਦੇ ਦਿਓ, ਉਹ ਕਰ ਦਿਓ, ਉਵੇਂ ਵੀ ਸਪੋਂਸਰਸ਼ਿਪ ਹੋ ਜਾਂਦੀ ਆ। ਅਤੇ ਵੈਸੇ ਜ਼ਿਆਦਾਤਰ ਔਨਲਾਈਨ ਹੀ ਹੁੰਦੀ, ਮੋਨੋਟਾਈਜ਼ ਤੋਂ ਬਾਅਦ ਹੀ ਆ, ਕਿਉਂਕਿ ਯੂਟਿਊਬ ਤੋਂ ਇੰਨੀ ਅਰਨਿੰਗ ਨਹੀਂ ਹੁੰਦੀ। 4-5 ਵਿਊ, 1000 ਵਿਊ 'ਤੇ ਮਿਲਦਾ ਤੁਹਾਨੂੰ ਸਾਰਾ $1। ਇੱਕ ਦਾ ਚੈਨਲ ਬਣਾਉਂਦੇ ਹੋ ਫਿਰ ਤੁਹਾਨੂੰ ਯੂਟਿਊਬ 'ਤੇ ਮਤਲਬ 4-5 ਹਜ਼ਾਰ ਤੱਕ $1 ਹੀ ਮਿਲਦਾ ਵਿਊ ਤੱਕ, ਉਹ ਵੀ ਐਡ ਲੱਗੀ ਹੋਵੇ। ਜੇ ਐਡ ਨਹੀਂ ਲੱਗੀ ਫਿਰ ਤੁਹਾਨੂੰ ਮਤਲਬ ਇੰਨੇ ਪੈਸੇ ਨਹੀਂ ਮਿਲਣੇ। ਸਭ ਤੋਂ ਮੇਨ ਟੋਪਿਕ ਹੈਗਾ ਅਤੇ ਚੈਨਲ ਮੋਨੋਟਾਈਜ਼ ਕਰਨਾ, ਮਤਲਬ ਜੇ ਤੁਸੀਂ ਕਿਸੇ ਦਾ ਰੀਯੂਸਡ ਕੰਟੈਂਟ ਡਾਲਦੇ ਹੋ ਫਿਰ ਵੀ ਤੁਹਾਡਾ ਚੈਨਲ ਮੋਨੋਟਾਈਜ਼ ਨਹੀਂ ਹੁੰਦਾ, ਅਪਲਾਈ ਨਹੀਂ ਹੁੰਦਾ। ਜੇ ਤੁਸੀਂ ਹੋਰ ਕੋਈ ਘਟੀਆ ਚੀਜ਼ਾਂ ਡਾਲ ਦਿੰਦੇ ਵਿੱਚ ਪਾ ਦਿੰਦੇ ਹੋ, ਤਾਂ ਤੁਹਾਡਾ ਚੈਨਲ ਫਿਰ ਵੀ ਮੋਨੋਟਾਈਜ਼ ਨਹੀਂ ਹੋ ਸਕਦਾ, ਅਤੇ ਉੱਥੇ ਡਿਸਟੇਬਲ ਵੀ ਹੋ ਜਾਂਦਾ ਮੋਨੋਟਾਈਜ਼ ਹੋ ਜੇ ਬਾਅਦ 'ਚ ਤੁਸੀਂ ਉੱਦਾਂ ਦੀ ਵੀਡੀਓ ਪਾਉਣ ਡੈਬ ਗਏ ਹੋ, ਫਿਰ ਵੀ ਤੁਹਾਡਾ ਚੈਨਲ ਮੋਨੋਟਾਈਜ਼ ਨਹੀਂ ਹੁੰਦਾ।